ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦਿਲ ਰੰਧਾਵਾ ਅਤੇ ਇੱਕ ਨਵੇਂ ਵਲੋਗ 'ਚ ਤੁਹਾਡਾ ਸਵਾਗਤ ਹੈ ਆਪਣੇ। ਅਤੇ ਤੁਹਾਨੂੰ ਜਿੱਦਾਂ ਕਿ ਪਤਾ, ਆਪਾਂ ਘਰ ਆ ਚੁੱਕੇ ਹਾਂ ਅਤੇ ਨਾਲ ਹੀ ਆਪਣਾ ਜਿਹੜਾ ਅੰਡੇਮਾਨ ਦਾ ਜਿਹੜਾ ਸਫ਼ਰ ਸੀਗਾ ਉਹ ਅੱਧ ਵਿਚਾਲੇ ਛੱਡ ਕੇ ਆਉਣਾ ਪਿਆ। ਬਾਕੀ ਘਰ ਹੁਣ ਸਿਚੁਏਸ਼ਨ ਸਾਰੀ ਠੀਕ ਹੈ ਅਤੇ ਮਾਤਾ ਵੀ ਠੀਕ ਹੈ ਅਤੇ ਵਾਈਫ ਵੀ ਠੀਕ ਹੈ। ਅਤੇ ਬਾਕੀ ਮਾਤਾ ਨੂੰ ਹੁਣ ਆਪਾਂ ਲੈ ਕੇ ਚੱਲੇ ਅੰਬਾਲਾ, ਅਤੇ ਅੰਬਾਲਾ ਦਵਾਈ ਦਵਾ ਕੇ ਅਤੇ ਫਿਰ ਆਪਾਂ ਸ਼ਾਇਦ ਰਸਤੇ ਵਿੱਚ ਇੱਕ ਸਾਡੇ ਇੱਥੇ ਮੰਦਰ ਪੈਂਦਾ ਆ ਮਾਰਕੰਡਾ, ਤੁਸੀਂ ਫੇਮਸ ਸੁਣਿਆ ਹੋਣਾ ਮਾਰਕੰਡਾ, ਅਤੇ ਆਪਾਂ ਉੱਥੇ ਮੱਥਾ ਟੇਕਾਂਗੇ ਜਾ ਕੇ ਆਉਂਦੇ ਹੋਏ। ਅਤੇ ਬਾਕੀ ਉਮੀਦ ਹੈ ਕਿ ਤੁਹਾਨੂੰ ਅੰਡੇਮਾਨ ਦੇ ਵਲੋਗ ਵਧੀਆ ਲੱਗੇ ਹੋਣੇ ਨੇ, ਅਤੇ ਜੇ ਵਧੀਆ ਲੱਗੇ ਹੋਣਗੇ ਤਾਂ ਲਾਈਕ ਕਮੈਂਟ ਐਂਡ ਸ਼ੇਅਰ ਪੱਕਾ ਕਰਿਓ। ਅਤੇ ਮਾਤਾ ਵੀ ਆ ਚੁੱਕੀ ਹੈ, ਅੱਗੇ ਬਹਿ ਜਾਣਾ ਸੀ ਮੰਮੀ, ਅੱਗੇ ਬਹਿ ਜਾਣਾ। ਹਾਂ ਅੱਗੇ ਸਹੀ ਸੀ ਵੈਸੇ, ਬੈਲਟ ਲਾ ਲਓ, ਬੈਲਟ ਨਾਲ ਆਪਣੇ ਉਹ ਹੈਗੀ ਹੈ। ਅਤੇ ਆਪਾਂ ਮਿਲਦੇ ਹਾਂ ਅੱਗੇ ਜਾ ਕੇ, ਅਤੇ ਫਿਰ ਅੰਡੇਮਾਨ ਇਕੋਬਾਰ ਦੀਆਂ ਵੀ ਗੱਲਾਂ ਥੋੜ੍ਹੀਆਂ ਬਹੁਤੀਆਂ ਸਾਂਝੀਆਂ ਕਰਾਂਗੇ ਤੁਹਾਨੂੰ ਐਕਸਪੀਰੀਅੰਸ ਆਪਣਾ, ਅਤੇ ਆਪਾਂ ਚੱਲਦੇ ਹਾਂ ਹੁਣ। ਇਹ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ ਆ HR20 ਹੈ, ਜਿਹੜਾ ਇੱਥੇ ਫਨ ਸਿਟੀ ਬਣੀ ਹੋਈ ਹੈ। HR20 ਨਹੀਂ ਹੈ, H20 ਹੈ ਫਨ, ਅੰਬਾਲਾ ਰੋਡ ਦੇ ਉੱਤੇ ਤੁਹਾਨੂੰ ਦਿਖਾਉਂਦਾ ਪਰਲੀ ਸਾਈਡ ਤੋਂ। ਅੱਜ ਦੇ ਟਾਈਮ ਦੇ ਵਿੱਚ ਇੱਥੇ ਥੋੜ੍ਹੀ ਬਹੁਤੀ ਕਰਾਊਡ ਘੱਟ ਹੀ ਹੈ, ਜਦੋਂ ਥੋੜ੍ਹੀ ਜ਼ਿਆਦਾ ਗਰਮੀ ਹੁੰਦੀ ਹੈ ਫਿਰ ਹੀ ਜਾਂਦਾ ਆ, ਕਿਉਂਕਿ ਇਹ ਕਰੋਨਾ ਦੇ ਟਾਈਮ 'ਤੇ ਖੁੱਲ੍ਹਿਆ ਸੀਗਾ, ਇਸ ਕਰਕੇ ਇਹਦੀ ਜਿਹੜੀ ਓਪਨਿੰਗ ਸੀਗੀ ਇੰਨੀ ਵਧੀਆ ਨਹੀਂ ਰਹੀ। ਅਤੇ ਬਾਕੀ ਇਹਨਾਂ ਦਾ ਰੇਟ ਵੀ ਥੋੜ੍ਹਾ ਜ਼ਿਆਦਾ ਆ, 700 ਰੁਪਏ ਲੈਂਦੇ ਆ ਇੱਕ ਬੰਦੇ ਦਾ, ਬਾਕੀ ਹੁਣ ਦਾ ਤਾਂ ਪਤਾ ਨਹੀਂ, ਪਹਿਲਾਂ 700 ਰੁਪਏ ਰੇਟ ਸੀਗਾ। ਬਾਰ ਬਾਰ ਤੋਂ ਤੁਹਾਨੂੰ ਦਿਖਾ ਦਿੰਦੇ, ਕਦੇ ਮੌਕਾ ਮਿਲਿਆ ਤੁਹਾਨੂੰ ਦਿਖਾਵਾਂਗੇ। ਦੇਖ ਸਕਦੇ ਤੁਸੀਂ ਇਹ ਹੈਗੀ ਹੈ H20 ਫਨ ਸਿਟੀ। ਤੇ ਇਹ ਮੇਰੀ ਮਾਤਾ, ਮਿਲ ਲਓ, ਇਹ ਥੋੜੇ ਬਿਮਾਰ ਹੋਏ, ਇਹਨਾਂ ਦਾ ਆਪਰੇਸ਼ਨ ਹੋਇਆ ਪੇਟ ਦਾ। ਸਤਿ ਸ਼੍ਰੀ ਅਕਾਲ ਬੁਲਾ ਰਿਹਾ ਸਾਰਿਆਂ ਨੂੰ, ਠੀਕ ਹੈ ਜੀ। ਤੇ
ਬਾਕੀ ਠੀਕ ਹੋ ਜਾਏਗਾ ਆਪਰੇਸ਼ਨ ਜਲਦੀ ਜਲਦੀ। ਆਪਾਂ ਹੁਣ ਹੋਸਪਿਟਲ ਹੀ ਜਾ ਰਹੇ ਹਾਂ ਅਤੇ ਮਿਲਦੇ ਹਾਂ ਬਾਅਦ ਵਿੱਚ। ਗੱਡੀ ਚਲਾ ਰਹੇ ਹਾਂ, ਹੱਥ ਟਰਾਈਪੋਡ ਹੈ ਨਹੀਂ ਇਹਦਾ ਫਿਕਸ ਵਾਲਾ, ਠੀਕ ਹੈ ਜੀ, ਅਤੇ ਮਿਲਦੇ ਹਾਂ ਅੱਗੇ ਜਾ ਕੇ। ਜਿਹੜਾ ਆਪਾਂ ਐੱਚ ਆਰ 20 ਤੁਹਾਨੂੰ ਦਿਖਾਇਆ ਸੀਗਾ ਉਹ ਸੀਗਾ ਅੰਬਾਲਾ ਹਾਈਵੇ ਦਾ, ਅਤੇ ਆਪਾਂ ਹੁਣ ਅੰਬਾਲਾ ਹਾਈਵੇ ਰੋਡ 'ਤੇ ਚੜ੍ਹ ਚੁੱਕੇ ਹਾਂ ਅਤੇ ਇਸ ਤੋਂ ਬਾਅਦ ਸਿੱਧਾ ਸਿੱਧਾ ਹੀ ਜਿਹੜਾ ਇਹ ਅੰਬਾਲਾ ਹਾਈਵੇ ਹੈ ਇੱਕ ਸਾਈਡ ਨੂੰ ਯਮੁਨਾਨਗਰ ਨੂੰ ਚੜ੍ਹ ਜਾਂਦਾ ਆ ਅਤੇ ਇੱਕ ਪੌਂਟਾ ਸਾਹਿਬ ਵਾਲੀ ਸਾਈਡ ਨੂੰ ਅਤੇ ਇੱਕ ਚੱਲ ਜਾਂਦਾ ਪੰਚਕੂਲਾ ਵਾਲੀ ਸਾਈਡ ਨੂੰ। ਇਹ ਪੰਚਕੂਲਾ ਇਹ ਰੋਡ ਪੰਚਕੂਲਾ ਵੀ ਜਾਂਦਾ ਆ ਅਤੇ ਅੰਬਾਲਾ ਵੀ ਜਾਂਦਾ ਆ ਅਤੇ ਰਸਤੇ ਵਿੱਚ ਸਾਹਾ ਆਉਂਦਾ ਆ, ਉੱਧਰੋਂ ਆਪਾਂ ਸ਼ਾਹਬਾਦ ਵੀ ਜਾ ਸਕਦੇ ਹਾਂ ਅਤੇ ਕੁਰਕਸ਼ੇਤਰ ਵਾਲੀ ਸਾਈਡ ਵੀ ਨਿਕਲ ਸਕਦੇ ਹਾਂ, ਮਤਲਬ ਕਿ ਜੁਆਇੰਟ ਰੋਡ ਹੈ। ਅਤੇ ਆਪਾਂ ਜਿੱਦਾਂ ਮੰਨ ਕੇ ਚਲੋ ਕਾਲੇ ਅੰਬ ਵਾਲੀ ਸਾਈਡ ਵੀ ਜਾ ਸਕਦੇ ਹਾਂ ਇੱਧਰੋਂ, ਜੇ ਆਪਾਂ ਪਹਾੜਾਂ ਵਾਲੀ ਸਾਈਡ ਜਾਣਾ ਹੋਵੇ ਤਾਂ ਕਾਲੇ ਅੰਬ ਵਾਲੀ ਸਾਈਡ ਵੀ ਜਾ ਸਕਦੇ ਹਾਂ, ਕਿਉਂਕਿ ਜਿਹੜੇ ਪਿੰਡਾਂ ਵਿੱਚ ਹੋ ਕੇ ਰਸਤੇ ਜਾਂਦੇ ਆ ਸ਼ੋਰਟਕੱਟ। ਅਤੇ ਵੈਸੇ ਤਾਂ ਜਿਹੜਾ ਇਹ ਰੋਡ ਹੈ ਇਹ ਸਿੱਧਾ ਆਪਣਾ ਨਰਾਇਣਗੜ੍ਹ ਨਿਕਲਦਾ, ਨਰਾਇਣਗੜ੍ਹ ਤੋਂ ਤੁਸੀਂ ਆਪਣਾ ਉੱਤਰਾਖੰਡ ਵਾਲੀ ਸਾਈਡ ਵੀ ਜਾ ਸਕਦੇ ਹੋ ਅਤੇ ਉੱਧਰੋਂ ਆਪਾਂ ਤੁਸੀਂ ਜਾ ਸਕਦੇ ਆਪਣਾ ਚੰਡੀਗੜ੍ਹ ਵੀ ਜਾ ਸਕਦੇ ਹੋ, ਉਸ ਤੋਂ ਅੱਗੇ ਸ਼ਿਮਲਾ ਰੋਡ ਚੜ੍ਹ ਜਾਂਦਾ ਆ। ਬਾਕੀ ਰੋਡ ਬਹੁਤ ਵਧੀਆ ਆ, ਜੇ ਕੋਈ ਮਤਲਬ ਕਿ ਇੱਧਰ ਆਉਣ ਦਾ ਇੱਛੁਕ ਹੈ ਤਾਂ ਇਸ ਰੋਡ ਦਾ ਹੀ ਯੂਜ਼ ਕਰੇ, ਹੋਰ ਕੋਈ ਯੂਜ਼ ਨਾ ਕਰੇ, ਕਿਉਂਕਿ ਪਿੰਡਾਂ ਪੁੰਡਾਂ ਵਾਲੇ ਰੋਡ ਤਾਂ ਇੱਦਾਂ ਹੀ ਹੈ, ਲੋਕਲ ਰੋਡ ਜਿਹੜੇ ਨੇ। ਬਾਕੀ ਹਾਈਵੇ ਰੋਡ ਤੋਂ ਹੀ ਗੱਡੀ ਚੜ੍ਹੇ, ਕਿਉਂਕਿ ਰੋਡ ਬਿਲਕੁਲ ਵਧੀਆ ਰੋਡ ਹੈ। ਇਹ ਰੋਡ ਮਤਲਬ ਕਿ ਯਮੁਨਾਨਗਰ ਵਾਲੀ ਸਾਈਡ ਅਲੱਗ ਰੋਡ ਨਿਕਲ ਜਾਂਦਾ ਆ ਅਤੇ ਸਹਾਰਨਪੁਰ ਨੂੰ ਇਹ ਨਿਕਲ ਜਾਂਦਾ ਆ, ਅੱਗੇ ਸਹਾਰਨਪੁਰ ਯੂਪੀ ਵਾਲੀ ਸਾਈਡ ਨੂੰ ਰੋਡ ਨਿਕਲ ਜਾਂਦਾ ਹੈ, ਕਿਉਂਕਿ ਆਪਾਂ ਤਾਂ ਇਸ ਟਾਈਮ ਅੰਬਾਲਾ ਜਾ ਰਹੇ ਹਾਂ ਪਰ ਜੇ ਅਪੋਜਿਟ ਇੱਧਰ ਵਾਲੀ ਸਾਈਡ ਨੂੰ ਜਾਈਏ ਅਤੇ ਇਹ ਸਹਾਰਨਪੁਰ ਜਾਂਦਾ ਆ ਪੰਚਕੂਲੇ ਤੋਂ ਸਹਾਰਨ, ਜਿਹੜਾ ਇਹ ਰੋਡ ਆ, ਠੀਕ ਹੈ ਜੀ। ਇਹ ਹੁਣ ਨਵਾਂ ਬਣਿਆ ਆ, ਪਹਿਲਾਂ 1-way ਹੀ ਸੀਗਾ ਇਹ, ਹੁਣ ਤਾਂ ਉਹ ਵਧੀਆ ਬਣ ਗਿਆ ਰੋਡ ਹੈ। ਇਹ ਬਾਈਕ ਟ੍ਰਾਂਸਫਰ ਲੈ ਕੇ ਆਇਆ ਲੱਗਦਾ ਇਹਦਾ ਖੋਲ੍ਹ ਕੇ, ਠੀਕ ਠੂਕ ਹੋ ਰਿਹਾ ਹੈ ਟੂਬਲ ਟਾਬਲ ਦਾ। ਜਿਹੜਾ ਆਪਾਂ ਰੋਡ 'ਤੇ ਚੜ੍ਹੇ ਸੀਗੇ ਪਹਿਲਾਂ ਆਇਆ ਸੀਗਾ ਦਸੜਕਾ ਅਤੇ ਹੁਣ ਇਹ ਹੈਗਾ ਆ ਸ਼ਹਿਰ ਮੁਲਾਣਾ। ਅਤੇ ਜਿਹੜਾ ਮੁਲਾਣਾ ਆ ਇਹਦੀ ਤੁਸੀਂ ਸੁਣਿਆ ਹੀ ਹੋਣਾ ਫੇਮਸ ਜਿਹੜੀ ਯੂਨੀਵਰਸਿਟੀ ਹੈਗੀ ਆ ਉਹ ਹੈਗੀ ਆ ਮੁਲਾਣਾ ਯੂਨੀਵਰਸਿਟੀ, ਜਿਹਨੂੰ MM ਯੂਨੀਵਰਸਿਟੀ ਵੀ ਕਹਿੰਦੇ ਆ, ਅਤੇ ਜਿਹਨੂੰ ਮੁਲਾਣਾ ਯੂਨੀਵਰਸਿਟੀ ਦਾ MM ਯੂਨੀਵਰਸਿਟੀ ਦਾ ਨਾਮ ਤੋਂ ਪੁਕਾਰਿਆ ਜਾਂਦਾ ਆ, ਬਹੁਤ ਫੇਮਸ ਯੂਨੀਵਰਸਿਟੀ ਹੈ ਅਤੇ ਪੰਜਾਬ ਦੇ ਜਾਂ ਬਾਹਰ ਦੇ ਦਿੱਲੀ ਤੋਂ ਹੋਰ ਵੀ ਕਈ ਸਟੇਟਾਂ ਤੋਂ ਆ ਕੇ ਇੱਥੇ ਬੱਚੇ ਪੜ੍ਹਦੇ ਆ ਕੇ। ਅਤੇ ਪਹਿਲਾਂ ਇਹਨੂੰ ਕੋਈ ਜਾਣਦਾ ਨਹੀਂ ਹੁੰਦਾ ਸੀਗਾ ਮੁਲਾਣਾ ਨੂੰ, ਪਰ ਇਹ ਹੈ ਕਿ ਜੋ ਦੀ ਇਹ ਯੂਨੀਵਰਸਿਟੀ ਖੁੱਲ੍ਹੀ ਹੈ ਉਸ ਤੋਂ ਬਾਅਦ ਕੀ ਹੈ ਇੱਥੇ ਮਤਲਬ ਕਿ ਕਰਾਊਡ ਜ਼ਿਆਦਾ ਹੋ ਗਿਆ ਅਤੇ ਬਾਹਰ ਦੇ ਲੋਕ ਵੀ ਬਹੁਤ ਇਹਨੂੰ ਜਾਣਨ ਲੱਗ ਗਏ ਆ, ਮਤਲਬ ਕਿ ਕੁਰਕਸ਼ੇਤਰ ਯੂਨੀਵਰਸਿਟੀ ਜਿੰਨੀ ਵੱਡੀ ਨਹੀਂ ਹੈ ਪਰ ਇਹ ਹੈ ਕਿ ਨੋਰਮਲ ਠੀਕ ਹੈ ਵਧੀਆ ਯੂਨੀਵਰਸਿਟੀ ਹੈ, ਜਿੱਦਾਂ ਕਿ ਆਪਣੀ ਆਪਣਾ ਇਹਦੇ ਅੰਦਰ ਹੋਸਪਿਟਲ ਵੀ ਹੈਗਾ ਆ ਬਹੁਤ ਵਧੀਆ ਅਤੇ ਨਾਲ ਮੈਡੀਕਲ ਕੋਲਜ ਵੀ ਹੈਗੇ ਆ ਅਤੇ ਸਕੂਲ ਦੇ ਬੱਚਿਆਂ ਦਾ ਵੀ ਹੈਗਾ ਆ ਅਤੇ ਕੋਲਜ ਯੂਨੀਵਰਸਿਟੀ ਵੀ ਮਤਲਬ ਕੋਲਜ ਦੀ ਵੀ ਇੱਥੇ ਫੈਸਿਲਿਟੀ ਸਾਰਾ ਕੁਛ ਹੈਗਾ, ਮਤਲਬ ਤਕਰੀਬਨ ਆਪਣੇ ਏਰੀਏ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਇਹੀ ਹੈ। ਇਹ ਇਹਨਾਂ ਦਾ ਇੱਥੇ ਦਾ ਮੈਨੇਜਮੈਂਟ ਹੋਟਲ ਹੈ ਜਿਹੜਾ ਸਾਹਮਣੇ, ਵੈਲਕਮ ਹੋਟਲ ਹੈ, ਜਿਹੜੇ ਇੱਥੇ ਕੋਈ ਵੱਡੇ ਵੱਡੇ ਜਿਹੜੇ ਆਉਂਦੇ ਨੇ ਕੀ ਕਹਿੰਦੇ ਨੇ ਇਨਵੈਸਟਰ ਜਾਂ ਕੋਈ ਹੋਰ ਉਹ ਇੱਥੇ ਆ ਕੇ ਮਤਲਬ ਕਿ ਕਰਦੇ ਆ ਰੈਸਟ ਕਰਦੇ ਆ। ਇਹ MM ਯੂਨੀਵਰਸਿਟੀ ਦਾ ਜਿਹੜਾ ਆ ਕੰਸਟਰਕਸ਼ਨ ਦਾ ਆ, ਰੈਸਟੋਰੈਂਟ ਆ ਇਹਨੂੰ ਬਾਰ ਕਹਿ ਸਕਦੇ ਹਾਂ, ਕਲੱਬ ਕਹਿ ਸਕਦੇ ਹਾਂ, ਇਹਦੇ ਅੰਦਰ ਸਾਰਾ ਕੁਛ ਹੈ ਸਿਸਟਮ। ਇਹ ਜਿਹੜਾ ਜਾਂਦਾ ਆ MM ਯੂਨੀਵਰਸਿਟੀ ਨੂੰ ਜਾਂਦਾ ਆ ਜੀ, ਠੀਕ ਹੈ ਜੀ ਰਸਤਾ। ਅਤੇ ਇੱਧਰ ਚੱਲ ਜਾਂਦਾ ਮੇਰੇ ਵੀਰੋ MM ਜਿਹੜਾ ਆ ਮੁਲਾਣਾ ਜ਼ਿਆਦਾ ਸ਼ਹਿਰ ਹੈ ਉੱਧਰ ਵਾਲੀ ਸਾਈਡ ਚੱਲ ਜਾਂਦਾ ਇਹ ਰੋਡ ਅਤੇ ਆਉਂਦਾ ਇਹ ਤੁਹਾਨੂੰ ਦਿਖਾਵਾਂਗੇ। ਮੁਲਾਣਾ ਇੱਕ ਮੰਦਿਰ ਵੀ ਬਹੁਤ ਜ਼ਿਆਦਾ ਫੇਮਸ ਆ, ਉਹਦਾ ਮੇਲਾ ਬਹੁਤ ਜ਼ਿਆਦਾ ਸੋਹਣਾ ਲੱਗਦਾ ਆ, ਅਤੇ ਇੱਥੇ ਦੇ ਜਿਹੜੇ ਕੋਲਜ ਵਾਲੇ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਆ ਕਿਉਂਕਿ ਉਹ ਇੱਥੇ ਆਉਂਦੇ ਆਉਂਦੇ ਰਹਿੰਦੇ ਆ। ਅਤੇ ਬਾਕੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਹਰਿਆਣਾ ਰੋਡਵੇਜ਼ ਦੀ ਬੱਸ ਜਾਂਦੀ ਹੋਈ ਹੈ ਝੂਟੇ ਲੈਂਦੀ ਹੋਈ, ਠੀਕ ਹੈ ਜੀ।
ਝਟਕਾ ਦੇ ਝਟਕਾ ਇੱਕਦਮ ਆ ਗਿਆ ਨਾ ਬ੍ਰੇਕਰ ਹੁਣ ਆਪਾਂ ਤੇਲ ਪਵਾ ਲਈਏ ਤੇਲ ਹੈਗਾ ਹੈ ਜੀਓ ਦਾ ਪੈਟਰੋਲ ਪੰਪ ਤੇਲ ਇਹਨਾਂ ਦਾ ਤਕਰੀਬਨ ਬਹੁਤ ਜ਼ਿਆਦਾ ਵਧੀਆ ਕਹਿੰਦੇ ਅਤੇ ਮੈਂ ਕਈ ਵਾਰ ਪਵਾਇਆ ਇਹਨਾਂ ਦਾ ਤੇਲ ਬਹੁਤ ਵਧੀਆ ਤੇਲ ਹੈ ਪੈਟਰੋਲ ਪੰਪ ਬਹੁਤ ਵਧੀਆ ਇਹਨਾਂ ਦਾ ਸੋਹਣਾ ਆ ਸਾਫ਼ ਸਫਾਈ ਵੀ ਵਧੀਆ ਇਹਨਾਂ ਦੀ ਅਤੇ ਇਹਨਾਂ ਦੀਆਂ ਮਸ਼ੀਨਾਂ ਵੀ ਥੋੜ੍ਹੀਆਂ ਅਲੱਗ ਟਾਈਪ ਦੀਆਂ ਨੇ ਦੂਸਰੇ ਪੈਟਰੋਲ ਪੰਪਾਂ ਨਾਲੋਂ ਡਿਜੀਟਲ ਮਸ਼ੀਨਾਂ ਨੇ ਇਹਨਾਂ ਦੀਆਂ ਸੂਰਿਆ ਦੇਵਤਾ ਪੂਰਾ ਸਿਰ 'ਤੇ ਆਉਣ ਦੀ ਤਿਆਰੀ 'ਤੇ ਆਪਣੀ ਗਰਮੀ ਦਿਖਾਉਣ ਦਾ ਪੂਰੇ ਮੂਡ 'ਚ ਹੈ ਬਾਈ ਆ ਲੱਗੇ ਤੇਲ ਪਾਉਣ ਵਾਲਾ ਪੰਜ ਸੌ ਦਾ ਪਵਾਉਣ ਲੱਗਾ ਮੰਮੀ ਤੇ ਆਪਾਂ ਪਵਾਉਣ ਲੱਗਿਆ 500 ਦਾ ਤੇਲ ਮੈਂ 500 ਦਾ ਪਾ ਦਿਓ ਇੱਕ ਮਿੰਟ ਹਾਂ ਹਾਂ ਦੇਖ ਰਿਹਾ ਮੈਂ ਏਅਰਲਾਈਨਸ ਵਾਲਿਆਂ ਦਾ ਆ ਜੀਓ ਰਿਲਾਇੰਸ ਅਡਾਨੀ ਅੰਬਾਨੀ ਅੰਬਾਨੀ ਦਾ ਏ ਅੰਬਾਨੀ ਵਾਲਿਆਂ ਦਾ ਤੇਲ ਤੇ ਨਹੀਂ ਸਸਤਾ ਦਿੰਦੇ ਠੀਕ ਆ ਤੇਲ ਵਾਲਿਆਂ ਦਾ ਆਪਣੇ ਏਰੀਏ ਚ ਇੱਕ ਹੀ ਪੈਟਰੋਲ ਪੰਪ ਇਹਨਾਂ ਦਾ ਇਹਨਾਂ ਕੋਲ CNG ਗੈਸ ਵੀ ਹੈ ਜਿਹੜੇ ਗੈਸ ਗੂਸ ਭਰਦੇ ਨਾ ਉਹ ਵੀ ਹੈ ਇਹਨਾਂ ਕੋਲ ਸਿਸਟਮ ਲਓ ਜੀ ਬਾਈ ਆਪਣਾ ਹੁਣ ਪੈਟਰੋਲ ਭਰ ਚੁੱਕਿਆ ਜੇ ਅਤੇ ਹੁਣ ਆਪਾਂ ਫਿਰ ਪਾ ਲਈਏ ਰੋਡ 'ਤੇ ਗੱਡੀ ਆਪਣੇ ਅੰਬਾਲੇ ਵਾਲੀ ਸਾਈਡ ਨੂੰ ਅਤੇ ਬਾਈ ਆਪਣੇ ਵਲੋਗ ਨੂੰ ਸ਼ੇਅਰ ਕਰਿਆ ਕਰੋ ਪੱਕਾ ਲਾਈਕ ਕਮੈਂਟ ਪੱਕਾ ਕਰਿਆ ਕਰੋ ਜਿਹੜਾ ਬਾਈ ਆਉਂਦਾ ਆ ਅਤੇ ਨਵਾਂ ਚੈਨਲ ਹੈ ਸਪੋਰਟ ਦੀ ਬਹੁਤ ਜ਼ਰੂਰਤ ਹੈ ਠੀਕ ਹੈ ਜੀ ਰੋਡ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਰੋਡ ਹੈ ਇੱਦਾਂ ਦਾ ਕੋਈ ਉਹ ਨਹੀਂ ਹੈਗਾ ਹਾਂ ਬਈ ਇਹ ਆ ਬਾਕੀ ਜੇ ਕੋਈ ਇੱਧਰ ਆਉਣ ਵਾਲਾ ਤੁਸੀਂ ਦੇਖ ਸਕਦੇ ਹੋ ਪੰਚਕੂਲਾ ਲਿਖਿਆ ਹੋਇਆ ਆ ਦੇਖੋ ਪੰਚਕੂਲਾ ਨੂੰ ਰੋਡ ਜਾਂਦਾ ਹੈ ਠੀਕ ਹੈ ਜੀ ਅਤੇ ਪਹਿਲਾਂ ਨਾਰਾਇਣਗੜ੍ਹ ਵੀ ਆਉਂਦਾ ਆ ਉਸ ਤੋਂ ਬਾਅਦ ਕੀ ਕਹਿੰਦੇ ਨੇ ਅਸੀਂ ਉੱਤਰਾਖੰਡ ਵਾਲੀ ਸਾਈਡ ਜਾ ਸਕਦੇ ਹਾਂ ਹਿਮਾਚਲ ਵਾਲੀ ਸਾਈਡ ਜਾ ਸਕਦੇ ਹਾਂ ਦੋਨੋਂ ਆਪਸ਼ਨ ਆਪਣੇ ਕੋਲ ਉਦੋਂ ਜੇ ਕਿਸੇ ਨੇ ਜਾਣਾ ਹੋਵੇ ਅਤੇ ਬਾਕੀ ਤੁਸੀਂ ਸਿੱਧਾ ਪੰਚਕੂਲਾ ਨੂੰ ਹੋ ਕੇ ਹਿਮਾਚਲ ਵਾਲੀ ਸਾਈਡ ਵੀ ਜਾ ਸਕਦੇ ਹੋ ਠੀਕ ਹੈ ਜੀ
ਤੇ ਹੁਣ ਆਪਾਂ ਮਾਰਕੰਡਿਆ ਨਦੀ ਆ ਉਹਦਾ ਪੁੱਲ ਕ੍ਰਾਸ ਕਰਾਂਗੇ ਤੇ ਆਉਂਦੇ ਤੁਹਾਨੂੰ ਮਾਰਕੰਡੇ ਦੇ ਦਰਸ਼ਨ ਵੀ ਕਰਾਵਾਂਗੇ ਮੰਦਿਰ ਦੇ। ਇਹ ਹੈਗਾ ਮੇਰੇ ਵੀਰੋ ਮਾਰਕੰਡੇ ਦਾ ਪੁੱਲ ਨਦੀ ਦਾ, ਉਹ ਹੈਗਾ ਮਾਰਕੰਡਾ ਮੰਦਿਰ ਤੇ ਦਰਸ਼ਨ ਕਰ ਸਕਦੇ ਹੋ ਬਾਈ ਜਿਹੜਾ ਸ਼ਰਧਾ ਰੱਖਦਾ ਆ। ਠੀਕ ਹੈ ਜੀ, ਬਹੁਤ ਲੋਕ ਆਸਥਾ ਰੱਖਦੇ ਆ ਤੇ ਬਹੁਤ ਦੁਨੀਆਂ ਇੱਥੇ ਆਉਂਦੀ ਹੈ ਐਤਵਾਰ ਵਾਲੇ ਦਿਨ ਮੱਥਾ ਟੇਕਣ ਵਾਸਤੇ ਆਪਣੀਆਂ ਸੁੱਖਣਾ ਲੈ ਕੇ ਆਉਂਦੀ ਹੈ। ਤੇ ਬਾਕੀ ਹੁਣ ਆਪਾਂ ਤੁਹਾਨੂੰ ਮਿਲਾਂਗੇ ਅੰਬਾਲੇ ਜਾ ਕੇ, ਅੰਬਾਲੇ ਦੀ ਸਿਟੀ ਐਂਟਰ ਕਰਦੇ ਹੋਵੇ, ਕਿਉਂਕਿ ਆਪਣਾ ਵਲੋਗ ਥੋੜ੍ਹਾ ਜਿਹਾ ਲੰਬਾ ਹੋ ਜਾਂਦਾ ਆ ਤੇ ਇਸ ਕਰਕੇ ਫਿਰ ਕੀ ਆ ਥੋੜ੍ਹੀ ਜਿਹੀ ਦਿੱਕਤ ਪਰੇਸ਼ਾਨੀ ਹੋ ਜਾਂਦੀ ਹੈ ਵੀਡੀਓ ਅਪਲੋਡ ਕਰਦੇ, ਕਿਉਂਕਿ ਕੁਝ ਇਹੋ ਜਿਹੇ ਪਾਰਟ ਹੁੰਦੇ ਨੇ ਫਿਰ ਨਹੀਂ ਡਿਲੀਟ ਕੀਤੇ ਜਾਂਦੇ, ਤੇ ਇਸ ਕਰਕੇ ਆਪਾਂ ਸ਼ੂਟ ਹੀ ਉਸ ਹਿਸਾਬ ਨਾਲ ਕਰਾਂਗੇ ਕਿ ਸਾਨੂੰ ਬਾਅਦ 'ਚ ਪ੍ਰੋਬਲਮ ਨਾ ਆਵੇ। ਅਤੇ ਇਸ ਕਰਕੇ ਬਾਕੀ ਆਪਾਂ ਮਿਲਦੇ ਹਾਂ ਜਾ ਕੇ ਤੁਹਾਨੂੰ ਅੰਬਾਲਾ, ਪਰ ਇੱਕ ਵਾਰ ਤੁਹਾਨੂੰ ਆਪਾਂ ਜਦੋਂ ਦੱਸ ਦਾਂਗੇ ਪੰਚਕੂਲਾ ਵਾਲਾ ਮੋੜ ਅਤੇ ਆਪਣਾ ਅੰਬਾਲੇ ਵਾਲਾ ਮੋੜ ਕਿ ਕਿੱਥੋਂ ਮੁੜਦਾ ਆ, ਕਿਉਂਕਿ ਜੇ ਤੁਸੀਂ ਕਦੇ ਆਓ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਉਹਦੇ ਬਾਰੇ। ਇਹ ਤੁਸੀਂ ਦੇਖ ਸਕਦੇ ਹੋ ਜਿੱਥੇ ਟਰੱਕ ਖੜ੍ਹੇ ਆ, ਇੱਥੇ ਆ ਕੇ ਜਿਹੜੇ ਲੌਂਗ ਰੂਟ ਵਾਲੇ ਟਰੱਕ ਹੁੰਦੇ ਨੇ ਪੰਜਾਬ ਵਾਲੇ ਜਾਂ ਹਿਮਾਚਲ ਵਾਲੇ, ਉਹ ਇੱਥੇ ਆ ਕੇ ਰੁਕਦੇ ਆ ਸਾਰੇ ਟਰੱਕ। ਅਤੇ ਇੱਧਰੋਂ ਮਤਲਬ ਕਿ ਢਾਬਾ ਹੈਗਾ ਇੱਕ ਇੱਥੇ, ਅਤੇ ਉਸ ਢਾਬੇ ਉੱਤੇ ਰੋਟੀ ਰੋਟੀ ਖਾ ਕੇ ਅਤੇ ਫਿਰ ਤੁਰਦੇ ਆ ਸਵੇਰ ਨੂੰ ਜਾਂ ਕਈ ਵਾਰ ਰਾਤ ਨੂੰ ਤੁਰਦੇ ਆ ਮੇਰੇ ਵੀਰੋ। ਅਤੇ ਇਹ ਜਿਹੜਾ ਫਲਾਈਓਵਰ ਤੁਸੀਂ ਦੇਖਦੇ ਹੋ, ਇਹ ਫਲਾਈਓਵਰ ਮੇਰੇ ਵੀਰੋ ਹੈਗਾ ਜਿਹੜਾ ਪੰਚਕੂਲਾ ਨੂੰ ਜਾਂਦਾ ਹੈ, ਅਤੇ ਇਹ ਹੁਣ ਆਪਾਂ ਅੰਬਾਲੇ ਵਾਲੀ ਸਾਈਡ ਤੋਂ ਪਾ ਲਈਏ ਗੱਡੀ। ਠੀਕ ਹੈ ਜੀ, ਜਿਹੜਾ ਅੰਬਾਲੇ ਵਾਲਾ ਕੁਝ ਅੱਧਾ ਰਸਤਾ ਵਨ ਵੇ ਹੈ ਅਤੇ ਕੁਛ ਡਬਲ ਰੋਡ ਹੈ। ਠੀਕ ਹੈ ਜੀ, ਅਤੇ ਮੈਂ ਹੁਣ ਥੋੜ੍ਹਾ ਫੋਨ ਜੇਬ 'ਚ ਪਾ ਲਾਂ ਕਿਉਂਕਿ ਅੱਗੇ ਪੁਲਿਸ ਵਾਲੇ ਖੜ੍ਹੇ ਹੁੰਦੇ ਨੇ। ਫਿਰ ਮਿਲਦੇ ਹਾਂ ਅੱਗੇ ਜਾ ਕੇ ਅੰਬਾਲੇ ਵਾਲੇ ਰੋਡ 'ਤੇ। ਵੈਸੇ ਪੁਲਿਸ ਵਾਲੇ ਖੜ੍ਹੇ ਨਹੀਂ ਹੈ, ਕਈ ਵਾਰ ਖੜ੍ਹੇ ਹੁੰਦੇ ਨੇ ਦਿਖ ਰਿਹਾ ਨਹੀਂ ਹੈਗੇ ਇੱਥੇ ਪੁਲਿਸ ਵਾਲੇ, ਇਸ ਕਰਕੇ ਬਾਕੀ ਮਿਲਦੇ ਹਾਂ ਅੱਗੇ ਜਾ ਕੇ ਤੁਹਾਨੂੰ। ਇਹ ਜਿਹੜਾ ਰੋਡ ਹੈ ਥੋੜ੍ਹਾ ਜਿਹਾ ਅੰਬਾਲੇ ਵਾਲਾ ਜਿਹੜਾ ਰਸਤਾ ਆ ਇਹ ਵਨ ਵੇ ਆ, ਅਤੇ ਥੋੜ੍ਹਾ ਬਹੁਤ ਮਤਲਬ ਟੁੱਟਿਆ ਵੀ ਹੈਗਾ ਆ, ਇੰਨਾ ਰਿਪੇਅਰ ਨਹੀਂ ਹੈਗਾ ਥੋੜ੍ਹਾ ਕੁਛ ਕਰ। ਜਿਹੜਾ ਸਾਹਾ ਤੱਕ ਹੈ ਉਹ ਵਨ ਵੇ ਆ, ਉਸ ਤੋਂ ਬਾਅਦ ਡਬਲ ਵੇ ਆ। ਤਕਰੀਬਨ ਘੱਟੋ ਘੱਟ ਤੁਸੀਂ ਮੰਨ ਕੇ ਚੱਲੋ ਕਿ 5 ਕਿਲੋਮੀਟਰ ਦਾ ਰਸਤਾ ਵਨ ਵੇ ਦਾ ਆ, ਉਸ ਤੋਂ ਬਾਅਦ ਠੀਕ ਰਸਤਾ। ਅਤੇ ਇਹ ਮੇਰੇ ਵੀਰੋ ਹੈਗਾ ਆ ਸਾਹਾ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਇੱਧਰੋਂ ਸ਼ਾਹਬਾਦ ਨਿਕਲ ਜਾਂਦਾ ਆ, ਅਤੇ ਇਹ ਵਾਲੀ ਸਾਈਡ ਜਿਹੜਾ ਚਰਾਹ ਆ ਇਹਦੇ ਰਾਈਟ ਸਾਈਡ ਨੂੰ ਜਾਂਦੇ ਹਾਂ ਆਪਾਂ ਰਾਈਟ ਰੋਡ ਨੂੰ ਇੱਧਰ ਨੂੰ ਵਾਲੀ ਸਾਈਡ ਨੂੰ, ਅਤੇ ਉਹ ਚੱਲ ਜਾਂਦਾ ਮੇਰੇ ਵੀਰੋ ਫਿਰ ਨਰਾਇਣਗੜ੍ਹ ਵਾਲੇ ਰੋਡ 'ਤੇ, ਜਾਂ ਜਿਹੜੇ ਰੋਡ ਦੀ ਆਪਾਂ ਗੱਲ ਕਰ ਰਹੇ ਪੰਚਕੂਲੇ ਵਾਲੇ ਰੋਡ 'ਤੇ, ਉਹ ਰੋਡ 'ਤੇ ਚੜ੍ਹਦਾ ਆ, ਅਤੇ ਇੱਧਰ ਨੂੰ ਆਪਣਾ ਅੰਮ੍ਰਿਤਸਰ ਪੰਜਾਬ ਲੁਧਿਆਣਾ ਇਸ ਰੋਡ ਦੇ ਉੱਤੇ ਚੜ੍ਹ ਗਏ ਚੜ੍ਹ ਜਾਂਦਾ ਰੋਡ ਇਹ, ਪਰ ਇਹ ਅੱਲੀ ਅੰਬਾਲਾ ਜਾਊਗਾ, ਅੰਬਾਲੇ ਤੋਂ ਅੱਗੇ ਕੀ ਹੈ ਰੋਡ ਜੁੜਨਗੇ ਅੱਗੇ ਜਾ ਕੇ। ਇਹ ਜੀ ਮੈਂ ਤੁਹਾਨੂੰ ਗੱਲ ਕਹਿ ਰਿਹਾ ਸੀਗਾ ਡਬਲ ਰੋਡ, ਇਹ ਹੈਗਾ ਡਬਲ ਰੋਡ, 5 ਕਿਲੋਮੀਟਰ ਤੋਂ ਬਾਅਦ ਡਬਲ ਰੋਡ ਸਟਾਰਟ ਹੋ ਜਾਂਦਾ ਆ ਅਤੇ ਹਾਈਵੇ, ਅਤੇ ਪਿੱਛੇ ਵਾਲੀ ਸਾਈਡ ਸੀਗਾ ਉਹ ਥੋੜ੍ਹਾ ਜਿਹਾ ਹਾਲੀ ਹੈ, ਉਹਦਾ ਕੰਮ ਚੱਲ ਸਟਾਰਟ ਹੋਣਾ ਆ, ਜਦੋਂ ਉਹ ਹੋ ਗਿਆ ਤਾਂ ਰੋਡ ਬਹੁਤ ਵਧੀਆ ਬਣ ਜਾਏਗਾ, ਇਹ ਧੁਰ ਤੱਕ ਇਹ ਮਤਲਬ ਕਿ ਹਾਈਵੇ ਬਣ ਜਾਏਗਾ ਫੁੱਲ। ਅਤੇ ਉਹ ਵਾਲੀ ਸਿੰਗਲ ਹੀ ਹੈ, ਕਹਿੰਦੇ ਹੁਣ ਕਿਸ ਗੱਲ ਤੋਂ ਰੁਕਿਆ ਹੋਇਆ ਕੰਮ, ਨਹੀਂ ਤਾਂ ਬਣਾ ਦੇਣਾ ਚਾਹੀਦਾ ਸੀ ਜਿਹੜਾ ਸਾਰਾ ਦਾ ਸਾਰਾ, ਇਹ ਚੱਕਰ ਹੈ। ਬਾਕੀ ਰੋਡ ਬਹੁਤ ਵਧੀਆ, ਉਹ ਵੀ ਰੋਡ ਹੈ ਪਰ ਥੋੜ੍ਹਾ ਜਿਹਾ ਕੀ ਹੈ 5 ਕਿਲੋਮੀਟਰ ਦੀ ਥੋੜ੍ਹੀ ਤੰਗੀ ਆ, ਬਾਕੀ ਸਾਰਾ ਰੋਡ ਬਿਲਕੁਲ ਵਧੀਆ ਆ। ਜਿਹੜੇ ਬੰਦੇ ਚੰਡੀਗੜ੍ਹ ਅਤੇ ਪੰਚਕੂਲਾ ਜਾਣਦੇ ਆ ਪੰਜਾਬ ਵਾਲੀ ਸਾਈਡ ਨੂੰ, ਜਿਹੜੇ ਚੰਡੀਗੜ੍ਹ ਪੰਜਾਬ ਵਾਲੀ ਸਾਈਡ ਨੂੰ ਹੋ ਕੇ ਜਾਣ ਇੱਛੁਕ ਹੈ, ਉਹ ਜਿਹੜਾ ਪਰਲਾ ਰੋਡ ਹੈ ਜਿਹੜਾ ਪੰਚਕੂਲੇ ਵਾਲਾ ਉੱਧਰੋਂ ਜਾਣ, ਕਿਉਂਕਿ ਇੱਧਰ ਵਾਲਾ ਤਾਂ ਕੋਈ ਫਾਇਦਾ ਨਹੀਂ ਉਹਨਾਂ ਨੂੰ, ਕਿਉਂਕਿ ਉੱਧਰ ਕੋਈ ਟ੍ਰੈਫਿਕ ਨਹੀਂ ਹੈਗੀ, ਬਿਲਕੁਲ ਵਧੀਆ ਰੋਡ ਹੈ। ਜਿੰਨੀ ਦੇਰ ਤੁਸੀਂ ਅੰਬਾਲਾ ਪਹੁੰਚਣਾ ਤੁਸੀਂ ਪੰਚਕੂਲੇ ਦੇ ਅੱਧੇ 'ਚ ਪਹੁੰਚ ਜਾਣਾ ਉੱਥੇ। ਠੀਕ ਹੈ ਜੀ, ਹੁਣ ਅਸੀਂ ਆ ਚੁੱਕੇ ਹਾਂ ਅੰਬਾਲੇ ਦੇ ਅੰਦਰ, ਅਤੇ ਜੋ ਕਿ ਐਂਟਰੀ ਕਰਦੇ ਮਹੇਸ਼ ਨਗਰ ਜਿਹਨੂੰ ਕਹਿੰਦੇ ਆ ਆਪਾਂ, ਮਹੇਸ਼ ਨਗਰ ਨਾਮ ਤੋਂ ਇੱਕ ਬਾਜ਼ਾਰ ਸਿਟੀ ਕਹਿ ਸਕਦੇ ਹਾਂ ਛੋਟੀ ਜੀ, ਉਹ ਸਟਾਰਟ ਹੋ ਗਈ ਹੈ। ਉਸ ਤੋਂ ਬਾਅਦ ਜਦੋਂ ਮਹੇਸ਼ ਨਗਰ ਤੋਂ ਆਪਾਂ ਕ੍ਰਾਸ ਕਰਾਂਗੇ ਅਤੇ ਸਿੱਧਾ ਅੰਬਾਲਿਆਂ ਦੇ ਅੰਡਰ ਐਂਟਰ ਕਰ ਦਾਂਗੇ, ਪਰ ਇਹ ਕਿ ਇਹ ਐਂਟਰੀ ਅੰਬਾਲੇ ਦੀ ਹੈ, ਅੰਬਾਲਾ ਕੈਂਟ ਦੀ, ਅੱਗੇ ਅੰਬਾਲਾ ਸਿਟੀ ਆ ਜਾਂਦਾ ਆ,
ਤੇ ਅੰਬਾਲਾ ਵੀ ਦੋ ਨੇ, ਇੱਕ ਅੰਬਾਲਾ ਕੈਂਟ ਹੈ, ਅੰਬਾਲਾ ਛਾਵਣੀ ਤੇ ਅੰਬਾਲਾ ਇੱਕ ਸਿਟੀ। ਠੀਕ ਹੈ ਜੀ, ਦੋਨੋਂ ਦੋਨੋਂ ਦੀਆਂ ਜਿਹੜੀਆਂ ਮਾਰਕੀਟਾਂ ਨੇ ਬਹੁਤ ਸੋਹਣੀਆਂ ਨੇ ਤੇ ਮਤਲਬ ਕਿ ਦੇਖਣ ਯੋਗ ਨੇ। ਤੇ ਜਿਹੜਾ ਅੰਬਾਲਾ ਅੰਬਾਲਾ ਕੈਂਟ ਦੇ ਅੰਦਰ ਜਿਹੜੀ ਸਭ ਤੋਂ ਫੇਮਸ ਜੇ ਜਿਹੜਾ ਹੈਗਾ ਆ ਉਹ ਹੈਗਾ ਆ ਫੁੱਟਬਾਲ ਗਰਾਊਂਡ, ਜਿੱਥੇ ਆਪਣੇ ਪੰਜਾਬ ਦੇ ਚੰਡੀਗੜ੍ਹ ਦੇ ਬਾਹਰ ਬਾਹਰ ਤੋਂ ਜਿਹੜੇ ਲੋਕ ਨੇ ਪਲੇਅਰ ਨੇ ਉਹ ਆਉਂਦੇ ਨੇ ਇੱਥੇ ਖੇਡਣ ਵਾਸਤੇ। ਠੀਕ ਹੈ ਜੀ, ਬਾਕੀ ਇੱਕ ਹੋਰ ਇੱਥੇ ਗਰਾਊਂਡ ਬਣ ਰਿਹਾ ਬਹੁਤ ਵੱਡਾ, ਕ੍ਰਿਕਟ ਗਰਾਊਂਡ ਬਣ ਰਿਹਾ ਆ, ਉਹ ਵੀ ਮਤਲਬ ਕਿ ਆਉਣ ਵਾਲੇ ਟਾਈਮ 'ਤੇ ਸ਼ਾਇਦ ਉੱਥੇ ਨੈਸ਼ਨਲ ਲੈਵਲ ਦੇ ਕ੍ਰਿਕਟ ਦੇ ਮੈਚ ਹੋਇਆ ਕਰਨਗੇ। ਅਤੇ ਬਾਕੀ ਇਹ ਹੁਣ ਆਪਾਂ ਅੰਬਾਲੇ ਦਾ ਐਂਟਰ ਹੋ ਚੁੱਕੇ ਹਾਂ, ਇਸ ਟਾਈਮ ਦੇ ਵਿੱਚ ਮਹੇਸ਼ ਨਗਰ ਛੱਡਤਾ ਆਪਾਂ ਅਤੇ ਅੰਬਾਲੇ ਦੇ ਐਂਟਰ ਹੋ ਚੁੱਕੇ ਹਾਂ। ਅਤੇ ਅੰਬਾਲਾ ਦਾ ਜਿਹੜਾ ਸਿਵਲ ਹੋਸਪਿਟਲ ਹੈ ਉਹ ਵੀ ਬਹੁਤ ਜ਼ਿਆਦਾ ਮਤਲਬ ਕਿ ਪੋਪੂਲਰ ਹੈ ਅਤੇ ਦੁਨੀਆ ਬਹੁਤ ਜ਼ਿਆਦਾ ਇੱਥੇ ਆਉਂਦੀ ਹੈ। ਅਤੇ ਸਿਵਲ ਹੋਸਪਿਟਲ ਦੇ ਨਾਲ ਹੀ ਜਿਹੜਾ ਗਰਾਊਂਡ ਬਣ ਰਿਹਾ ਆ, ਕੰਸਟਰਕਸ਼ਨ ਚੱਲ ਰਹੀ ਆ ਉਹਦੀ, ਰੋਡ ਦੀ ਗਰਾਊਂਡ ਦੀ, ਇੱਧਰ ਵਾਲੀ ਸਾਈਡ ਗੱਡੀ 'ਚ ਤੁਹਾਨੂੰ ਦਿਖਣਾ ਨਹੀਂ ਕਿਉਂਕਿ ਰੋਕ ਕੇ ਨਹੀਂ ਹੈ, ਅਸੀਂ ਦੇਖ ਸਕਦੇ ਬਿਲਡਿੰਗਾਂ ਜਿਹੜੀਆਂ ਬਣ ਰਹੀਆਂ ਨੇ ਇਹ ਸਾਰੀਆਂ ਵਧੀਆ ਨੇ ਗਰਾਊਂਡ ਦੀਆਂ। ਅਤੇ ਆਉਣ ਵਾਲੇ ਟਾਈਮ ਦੇ ਉੱਤੇ ਜਿਹੜਾ ਇਹ ਗਰਾਊਂਡ ਬਹੁਤ ਜ਼ਿਆਦਾ ਪੋਪੂਲਰ ਹੋਏਗਾ ਅਤੇ ਨੈਸ਼ਨਲ ਲੈਵਲ ਦੇ ਮੈਚ ਹੋਣ ਕਰਨਗੇ ਇੱਥੇ। ਅੰਬਾਲਾ ਵੀ ਗਰੋਥ ਕਰ ਰਿਹਾ ਬਹੁਤ ਵੱਡੇ ਪੱਧਰ 'ਤੇ ਮੇਰੇ ਵੀਰੋ। ਅਤੇ ਇਹ ਮੇਰੇ ਵੀਰੋ ਜਿਹੜੀ ਤੁਹਾਨੂੰ ਬਿਲਡਿੰਗ ਦਿਖਾਈ ਦੇ ਰਹੀ ਹੈ ਬਹੁਤ ਜ਼ਿਆਦਾ ਵੱਡੀ, ਇਹ ਹੈਗੀ ਹੈ ਸਰਕਾਰੀ ਹੋਸਪਿਟਲ ਦੀ ਆ ਅੰਬਾਲੇ ਦੀ। ਠੀਕ ਹੈ ਜੀ, ਅਤੇ ਅੱਗੇ ਆਰਮੀ ਦੀ ਗੱਡੀ ਜਾ ਰਹੀ ਹੈ। ਅਤੇ ਟ੍ਰੈਫਿਕ ਜ਼ਿਆਦਾ ਆ ਅਤੇ ਆਪਾਂ ਮਿਲਦੇ ਹਾਂ ਤੁਹਾਨੂੰ ਹੋਸਪਿਟਲ ਜਾ ਕੇ ਹੁਣ। ਠੀਕ ਆ ਜੀ, ਮਾਤਾ ਦੇ ਟਾਂਕੇ ਖੋਲ ਰਹੇ ਆ, ਜਿਹੜਾ ਆਪਰੇਸ਼ਨ ਹੋਇਆ ਸੀਗਾ ਅਤੇ ਆਪਰੇਸ਼ਨ ਬਹੁਤ ਜ਼ਿਆਦਾ ਵੱਡਾ ਸੀਗਾ, ਸੀਨੀਅਰ ਡਾਕਟਰਾਂ ਨੇ ਕਿਹਾ ਸੀਗਾ ਕਿ ਹਾਂ ਵੀ ਬਚਾਉਣਾ ਔਖਾ ਆ। ਅਤੇ ਇੱਥੇ ਆਈ ਸੀ ਯੂ ਵਾਰਡ 'ਚ ਰਹੇ ਸੀਗੇ ਮਦਰ ਮੇਰੀ ਇੱਥੇ। ਠੀਕ ਹੈ ਜੀ, ਬਾਕੀ ਹੁਣ ਠੀਕ ਠਾਕ ਆ, ਸਭ ਵਧੀਆ ਆ। ਅਤੇ ਬਾਈ ਤੁਹਾਡਾ ਡੈਡੀ ਬਣ ਗਿਆ ਆ ਅਤੇ ਮੁੰਡਾ ਹੋਇਆ ਆ, ਅਤੇ ਸਾਰਿਆਂ ਨੂੰ ਵੀ ਵਧਾਈਆਂ। ਅਤੇ ਜਿਹੜੇ ਜਿਹੜੇ ਬਾਈ ਦੇ ਰਹੇ ਆ ਮੈਨੂੰ ਉਹਨਾਂ ਲਈ ਵੈਲਕਮ ਹੈ, ਥੈਂਕ ਯੂ ਉਹਨਾਂ ਲਈ। ਬਾਕੀ ਹੁਣ ਆਪਾਂ ਇੱਥੇ ਹੀ ਘੁੰਮਾਂਗੇ, ਲਾਗੇ ਤਾਗੇ ਜਿਹੜੇ ਆਪਣੇ ਪਲੇਸ ਹੈਗੇ ਆ ਉੱਥੇ ਦੇਖਾਂਗੇ ਕੀ ਹਿਸਾਬ ਕਿਤਾਬ ਹੈ, ਕਿਉਂਕਿ ਆਪਾਂ ਬਾਹਰ ਦਾ ਟੂਰ ਬਹੁਤ ਲੰਬੇ ਲਾ ਲਏ ਆ, ਹੁਣ ਆਪਣੇ ਨੀਅਰ ਅਬਾਊਟ ਲਾਵਾਂਗੇ, ਦੇਖਾਂਗੇ। ਇੱਧਰ ਵੀ ਬਹੁਤ ਜ਼ਿਆਦਾ ਹੈਗੀ ਆ ਦੇਖਣ ਵਾਲੀ ਜਗ੍ਹਾ। ਬਾਕੀ ਉਮੀਦ ਹੈ ਕਿ ਤੁਹਾਨੂੰ ਵਲੋਗ ਵਧੀਆ ਲੱਗਣਗੇ ਆਉਣ ਵਾਲੇ ਹੁਣ, ਅਤੇ ਆਪਣੇ ਵਲੋਗ ਨਾਲ ਬਣਿਆ ਰਹੋ। ਅਤੇ ਤੁਹਾਡੀ ਦੁਆਵਾਂ ਨਾਲ ਮਾਤਾ ਆਪਣੀ ਠੀਕ ਹੈ ਅਤੇ ਬੱਚਾ ਸਾਡਾ ਠੀਕ ਠਾਕ ਹੈ, ਸਭ ਕੁਝ ਵਧੀਆ ਠੀਕ ਠਾਕ ਚੱਲ ਰਿਹਾ। ਅਤੇ ਜਲਦੀ ਥੋੜ੍ਹਾ ਜਿਹਾ ਘਰ ਦੇ ਹਾਲਾਤ ਥੋੜ੍ਹੇ ਠੀਕ ਹੋਣਗੇ ਅਤੇ ਫਿਰ ਆਪਾਂ ਚੱਲਦੇ ਹਾਂ ਸਫ਼ਰ 'ਤੇ। ਅਤੇ ਉਦੋਂ ਤੱਕ ਕੀ ਆਪਾਂ ਨੋਰਮਲੀ ਪਿੰਡ ਦੇ ਵਲੋਗ ਅਤੇ ਲਾਗੇ ਤੱਕ ਜਿਹੜੇ ਆਪਣੇ ਹੈਗੇ ਆ ਪਲੇਸ ਉੱਥੇ ਘੁੰਮਾਵਾਂਗੇ ਤੁਹਾਨੂੰ। ਠੀਕ ਹੈ ਜੀ, ਅਤੇ ਬਾਕੀ ਅੰਡੇਮਾਨ ਦਾ ਨਿਕੋਬਾਰ ਦਾ ਜਿਹੜਾ ਵਲੋਗ ਸੀਗੇ ਬਹੁਤ ਵਧੀਆ, ਮੈਨੂੰ ਮਜ਼ਾ ਆਇਆ ਘੁੰਮਣ ਦਾ। ਪਰ ਇਹ ਕਿ ਥੋੜ੍ਹਾ ਜਿਹਾ ਕੀ ਹੈ ਆਪਣਾ ਜਿਹੜਾ ਘਰ ਦੀ ਦਿੱਕਤ ਕਰਕੇ ਹੋ ਗਿਆ। ਲਓ ਜੀ, ਆਪਾਂ ਹੁਣ ਚੱਲੇ ਹਾਂ ਹੋਸਪਿਟਲ 'ਚੋਂ ਅਤੇ ਟਾਂਕੇ ਆਪਾਂ ਖੁਲਵਾ ਲਏ ਮਾਤਾ ਦੇ। ਅਤੇ ਉੱਥੇ ਦੀ ਵੀਡੀਓ ਮੈਂ ਤਾਂ ਨਹੀਂ ਬਣਾ ਸਕਿਆ, ਮੈਂ ਥੋੜ੍ਹੀ ਜਿਹੀ ਬਣਾਈ ਅਤੇ ਉਹਦੇ ਲਾਗੇ ਨਾ ਇੱਕ ਮਤਲਬ ਕਿ ਮਾਤਾ ਸੀਗੀ, ਉਹਦੇ ਹਸਬੈਂਡ ਬਜ਼ੁਰਗ ਸੀਗੇ, ਉਹ ਵੀ ਡੈਥ ਹੋਈ ਸੀਗੀ। ਫਿਰ ਮੈਂ ਮਤਲਬ ਕਿ ਉੱਥੇ ਵੀਡੀਓ ਸ਼ੂਟ ਕਰਨਾ ਨਹੀਂ ਸਮਝਿਆ, ਇਸ ਕਰਕੇ ਫਿਰ ਮੈਂ ਆਪਾਂ ਉੱਥੇ ਵੀਡੀਓ ਬੰਦ ਕਰਤੀ। ਅਤੇ ਕੋਈ ਗੱਲ ਨਹੀਂ, ਠੀਕ ਠਾਕ ਆ। ਬਾਕੀ ਆਪਾਂ ਨਿਕਲ ਚੱਲੇ ਹਾਂ ਆਪਾਂ ਹੋਸਪਿਟਲ 'ਚੋਂ ਅਤੇ ਹੁਣ ਤੁਹਾਨੂੰ ਲੈ ਕੇ ਜਾਵਾਂਗੇ ਆਪਾਂ ਬਾਬਾ ਮਾਰਕੰਡੇ ਦੇ। ਅਤੇ ਹੁਣ ਤੁਹਾਨੂੰ ਲੈ ਕੇ ਜਾਵਾਂਗੇ ਆਪਾਂ ਅੰਬਾਲੇ 'ਚੋਂ ਬਾਹਰ ਨਿਕਲ ਜਾਈਏ, ਇੱਕ ਵਾਰ ਥੋੜ੍ਹਾ ਬਹੁਤਾ ਸਮਾਨ ਲੈ ਲਈਏ। ਅਤੇ ਘਰਦਿਆਂ ਨੇ ਸਮਾਨ ਦੱਸਿਆ ਥੋੜ੍ਹਾ ਬਹੁਤ ਲੈ ਕੇ ਜਾਣਾ ਆ, ਸਬਜ਼ੀ ਸੁਬਜ਼ੀ। ਅਤੇ ਫਿਰ ਉਸ ਤੋਂ ਬਾਅਦ ਆਪਾਂ ਚੱਲਾਂਗੇ ਬਾਬਾ ਮਾਰਕੰਡੇ ਦੇ, ਜਿਹੜਾ ਮੰਦਰ ਬਹੁਤ ਜ਼ਿਆਦਾ ਫੇਮਸ ਹੈ ਅਤੇ ਦੁਨੀਆ ਬਹੁਤ ਜ਼ਿਆਦਾ ਉੱਥੇ ਆਉਂਦੀ ਹੈ, ਮੰਨਦੀ ਹੈ, ਆਪਣੀ ਸੁੱਖਣਾ ਸੁੱਖਦੀ ਹੈ। ਠੀਕ ਹੈ ਜੀ,
ਤੇ ਤੁਹਾਨੂੰ ਅੱਗੇ ਦਾ ਵਿਊ ਦਿਖਾ ਦੇਣਾ ਥੋੜਾ ਜਿਹਾ। ਇਹ ਮੇਰੇ ਵੀਰੋ ਅੰਬਾਲੇ ਦਾ ਵਿਊ ਹੈਗਾ ਆ, ਥੋੜਾ ਜਿਹਾ ਏਰੀਆ ਦਾ ਸਾਫ਼ ਸਫਾਈ ਬਹੁਤ ਵਧੀਆ ਇੱਥੇ, ਮਤਲਬ ਕਿ ਕੈਂਟ ਵਾਲੀ ਸਾਈਡ ਠੀਕ ਹੈ ਸਾਫ਼ ਸਫਾਈ, ਬਾਕੀ ਸਿਟੀ ਵਾਲੀ ਸਾਈਡ ਵੀ ਠੀਕ ਠਾਕ ਹੈ, ਇੰਨਾ ਗੰਦ ਨਹੀਂ ਹੈਗਾ, ਪੀਸਫੁਲ ਏਰੀਆ ਆ ਅੰਬਾਲਾ, ਕੋਈ ਜ਼ਿਆਦਾ ਉਹ ਨਹੀਂ ਹੈ, ਫਰੋਡ ਵਾਲਾ ਏਰੀਆ ਨਹੀਂ ਹੈ, ਬਹੁਤ ਵਧੀਆ ਏਰੀਆ ਆ। ਜੇ ਤੁਸੀਂ ਦਿੱਲੀ ਵਾਲੀ ਸਾਈਡ ਚੱਲੋਗੇ, ਦਿੱਲੀ ਵਾਲੀ ਸਾਈਡ ਬਹੁਤ ਜ਼ਿਆਦਾ ਫਰੋਡ ਏਰੀਆ ਆ, ਠੀਕ ਹੈ ਜੀ। ਅਤੇ ਹੁਣ ਥੋੜ੍ਹਾ ਛੋਟਾ ਛੋਟਾ ਵਲੋਗ ਤਾਂ ਬਣਾ ਰਿਹਾ ਕਿਉਂਕਿ ਦਿੱਕਤ ਇਹ ਹੈ ਕਿ ਬਾਅਦ ਦੇ ਵਿੱਚ ਐਡੀਟਿੰਗ ਕਰਦੇ ਵੀ ਪ੍ਰੋਬਲਮ ਨਹੀਂ ਹੁੰਦੀ, ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਫਿਰ ਟਾਈਮ ਵੀ, ਮਤਲਬ ਇਹ ਛੋਟਾ ਵਲੋਗ ਵਧੀਆ ਤੁਹਾਨੂੰ ਇੰਟਰਟੇਨਮੈਂਟ ਵਾਸਤੇ ਬਹੁਤ ਵਧੀਆ ਹੁੰਦਾ ਆ, ਕਿਉਂਕਿ ਜਿਹੜਾ ਵੱਡਾ ਵਲੋਗ ਹੈ ਫਿਰ ਤੁਸੀਂ ਉਹਦੇ ਵਿੱਚ ਕੀ ਹੈ ਸਕਿੱਪ ਕਰਦੇ ਹੋ, ਇਸ ਕਰਕੇ ਮੈਂ ਜਿਹੜੇ ਛੋਟੇ ਛੋਟੇ ਪਾਰਟ ਹੈ ਉਹੀ ਜ਼ਿਆਦਾ ਕੋਸ਼ਿਸ਼ ਕਰਨਾ ਕਿ ਪਾਏ ਜਾਣ, ਠੀਕ ਹੈ ਜੀ। ਆਪਾਂ ਹੁਣ ਅੰਬਾਲੇ ਦੇ ਜਿਹੜੀ ਮਾਰਕੀਟ ਉਹਦੇ ਅੰਦਰ ਐਂਟਰ ਹੋ ਚੁੱਕੇ ਹਾਂ, ਜਿਹੜਾ ਸਿਵਲ ਹੋਸਪਿਟਲ ਸੀ ਉਹਦੇ ਕੋਲ ਜਿਹੜੀ ਹੈ। ਪਹਿਲਾਂ ਤੁਹਾਨੂੰ ਆਪਾਂ ਸਿਵਲ ਹੋਸਪਿਟਲ ਦੀ ਕੀ ਬੈਕ ਸਾਈਡ ਦਾ ਹੀ ਅੰਬਾਲੇ ਦੇ, ਅਤੇ ਹੁਣ ਤੁਹਾਨੂੰ ਆਪਾਂ ਗੇਟ ਦਿਖਾਉਂਦੇ ਹਾਂ ਇਹਦਾ ਸਿਵਲ ਹੋਸਪਿਟਲ ਦਾ। ਇਹ ਹੈਗਾ ਸਿਵਲ ਹੋਸਪਿਟਲ, ਬਹੁਤ ਵੱਡਾ ਆ, ਪਹਿਲਾਂ ਤਾਂ ਛੋਟਾ ਜਿਹਾ ਹੁੰਦਾ ਸੀ, ਹਰ ਇੱਕ ਚੀਜ਼ ਦਾ ਇਲਾਜ ਇੱਥੇ, ਪਰ ਮੈਂ ਕਦੇ ਦੇਖਿਆ ਨਹੀਂ, ਗਿਆ ਨਹੀਂ ਇੱਧਰ, ਪਰ ਕਹਿੰਦੇ ਕਿ ਇਲਾਜ ਸਹੀ ਆ ਉਹਦਾ ਵੀ, ਕੇਅਰ ਕਰਦੇ ਆ ਠੀਕ ਠਾਕ, ਪਰ ਤੁਹਾਨੂੰ ਪਤਾ ਸਰਕਾਰੀ ਹੋਸਪਿਟਲਾਂ 'ਚ ਭੀੜ ਬਹੁਤ ਜ਼ਿਆਦਾ ਹੁੰਦੀ ਹੈ, ਠੀਕ ਹੈ ਜੀ। ਇਹ ਦੇਖ ਲਓ ਅਸੀਂ ਜਿੱਦਾਂ ਕਿ ਆਪਾਂ ਅੰਡੇਮਾਨ ਗਏ ਸੀਗੇ, ਅੰਡੇਮਾਨ ਕੀ ਸੀਗਾ, ਉੱਥੇ ਇੱਕ ਹੀ ਹੋਸਪਿਟਲ ਸੀਗਾ ਪੂਰੇ ਅੰਡੇਮਾਨ ਦੇ ਵਿੱਚ, ਸਰਕਾਰੀ ਜੀ ਬੀ ਪੰਥ, ਜੋ ਕਿ ਸੈਗੂਲਰ ਜੇਲ੍ਹ ਦੇ ਬੈਕ ਸਾਈਡ ਸੀਗਾ। ਉੱਥੇ ਕੀ ਸੀਗੀ, ਮਤਲਬ ਕਿ ਜਿਹੜਾ ਲੋਕਾਂ ਨੂੰ ਕੋਈ ਬਿਮਾਰ ਠਮਾਰ ਹੋ ਜਾਂਦਾ ਸੀ, ਅਤੇ ਉਹਨਾਂ ਨੂੰ ਥੋੜ੍ਹੀ ਉੱਥੇ ਮਤਲਬ ਕਿ ਇਸ ਚੀਜ਼ ਦੀ ਸੁਵਿਧਾ ਘੱਟ ਸੀ ਉੱਥੇ। ਲਓ ਜੀ, ਆਪਾਂ ਹੁਣ ਪੰਚਕੂਲਾ ਹਾਈਵੇ ਰੋਡ 'ਤੇ ਆ ਚੁੱਕੇ ਹਾਂ, ਅਤੇ ਆਪਾਂ ਗੱਡੀ ਰੋਕੀ ਹੈ ਗੰਨੇ ਦੇ ਜੂਸ ਵਾਸਤੇ, ਅਤੇ ਅੱਧੇ ਰਾਹ 'ਚ ਆਪਾਂ ਤਾਂ ਹੀ ਵਲੋਗ ਬਣਾਇਆ ਕਿ ਵਲੋਗ ਆਪਾਂ ਹੁੰਦਾ ਲੰਮਾ ਚੌੜਾ, ਅਤੇ ਆਪਾਂ ਹੁਣ ਗੰਨੇ ਦਾ ਜੂਸ ਪੀ ਕੇ ਫਿਰ ਚੱਲਦੇ ਹਾਂ ਆਪਾਂ ਬਾਬਾ ਮਾਰਕੰਡੇ ਵਾਲੀ ਸਾਈਡ ਨੂੰ, ਅਤੇ ਫਿਰ ਤੁਹਾਨੂੰ ਬਾਬਾ ਮਾਰਕੰਡਾ ਵੀ ਦਿਖਾਵਾਂਗੇ, ਠੀਕ ਹੈ ਜੀ। ਅਤੇ ਤੁਹਾਨੂੰ ਗੰਨੇ ਵਾਲਾ ਜੂਸ ਵਾਲੇ ਦਾ ਰੇਟ ਦਿਖਾਉਂਦੇ ਹਾਂ। ਅਤੇ ਬਾਈ ਨੇ ਆ ਕੇ ਆਪਣਾ ਖੋਲ ਲਿਆ ਆ, ਆਪਣਾ ਗੰਨੇ ਵਾਲੇ ਲਈ ਖੋਲ ਰਿਹਾ ਦੁਕਾਨ ਆਪਣੀ, ਰੇਟ ਆਪਣਾ, ਅਤੇ ਗੰਨੇ ਦਾ ਜੂਸ ਪੀ ਕੇ ਮਾਤਾ ਨੂੰ ਕਿਹਾ ਕਿ ਡਾਕਟਰ ਨੇ ਗੰਨੇ ਦਾ ਜੂਸ ਪੀਣਾ ਆ, ਪੇਟ ਲਈ ਸਹੀ ਹੈ, ਡਾਕਟਰ ਨੇ, ਆਹੋ ਨਾਲ ਨਿੰਬੂ ਪਾਣੀ ਵੀ ਪੀ ਸਕਣੀ ਹੈ। ਅਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਬਾਬਾ ਮਾਰਕੰਡੇ 'ਤੇ, ਠੀਕ ਹੈ ਜੀ। ਏਸੀ ਫੁੱਲ ਚੱਲ ਰਿਹਾ ਗੱਡੀ ਦਾ, ਠੰਡੀਆਂ ਹਵਾਵਾਂ ਛੱਡ ਰਿਹਾ, ਇਹ ਫਲਾਈਓਵਰ ਦੇ ਉੱਪਰ ਉੱਪਰ ਆਪਾਂ ਥੱਲੇ ਖੜ੍ਹੇ ਹਾਂ, ਠੀਕ ਹੈ ਜੀ। ਅਤੇ ਆਪਾਂ ਮਿਲਦੇ ਹਾਂ ਗੰਨੇ ਦੇ ਜੂਸ ਦੇ ਗਲਾਸ ਨਾਲ। ਲਓ ਜੀ, ਆਪਣਾ ਗੰਨੇ ਦਾ ਜੂਸ ਆ ਚੁੱਕਿਆ ਆ, ਇੱਧਰ ਮਾਤਾ ਪੀ ਰਹੀ ਹੈ, ਇੱਧਰ ਮੈਂ ਪੀ ਰਿਹਾ ਹਾਂ, ਅਤੇ ਹੁਣ ਤੁਹਾਨੂੰ ਮਿਲਾਂਗੇ ਬਾਬਾ ਮਾਰਕੰਡੇ ਵਾਲੀ ਥਾਂ 'ਤੇ ਜਾ ਕੇ। ਬਹੁਤ ਵਧੀਆ ਬਣਾਇਆ ਬਾਈ ਨੇ, ਵੱਡੀ ਬਾਈ ਦੀ ਗੱਡੀ ਚੱਲ ਪਈ ਹੈ, ਇਸ ਟਾਈਮ ਸਟਾਰਟ ਹੋ ਗਈ ਹੈ। ਹੁਣ ਆਪਾਂ ਜਾ ਰਹੇ ਹਾਂ ਬਾਬਾ ਮਾਰਕੰਡਾ ਸਾਹਿਬ, ਜੋ ਕਿ ਆਪਾਂ ਜਿਹੜੇ ਫਲਾਈਓਵਰ 'ਤੇ ਉਤਰੇ ਸੀ ਉਹਦੇ ਨਾਲ ਹੀ ਜਿਹੜਾ ਆ ਆਪਣਾ 500 ਮੀਟਰ ਜਾ ਕੇ ਥੱਲੇ ਜਾ ਕੇ ਇੱਧਰ ਨੂੰ ਰੋਡ ਮੁੜਦਾ ਆ ਕੱਟ, ਇਹ ਪੁਰਾਣਾ ਰੋਡ ਹੁੰਦਾ ਸੀਗਾ ਉਸ ਟਾਈਮ ਦੇ ਉੱਤੇ, ਇਹ ਹੁੰਦਾ ਸੀਗਾ ਰੋਡ ਜਦੋਂ ਇਹ ਹਾਈਵੇ ਨਹੀਂ ਸੀਗਾ, ਇੰਨਾ ਕੁ ਰੋਡ ਦੇ ਉੱਤੇ ਗੱਡੀ ਚੱਲਦੀ ਹੁੰਦੀ ਸੀ ਸਿੰਗਲ ਵੇ ਦੇ ਉੱਤੇ। ਪਰ ਇਹ ਹੈ ਕਿ ਇਹ ਬਾਬੇ ਮਾਰਕੰਡੇ ਵਾਸਤੇ ਕੀ ਹੈ, ਇਹਨਾਂ ਨੇ ਰੋਡ ਸਪੈਸ਼ਲ ਛੱਡਿਆ ਹੈ,
ਜਿਹੜੇ ਬੰਦੇ ਸ਼ਰਧਾਲੂ ਹੈ ਉਹ ਇਸ ਰੋਡ ਤੋਂ ਜਾਣ ਅਤੇ ਬਾਕੀ ਜਿਹੜੇ ਆ ਫਲਾਈਓਵਰ ਆਪਣੇ ਜਿਹੜੇ ਚੜ੍ਹ ਜਾਣ ਪੰਚਕੂਲਾ ਵਾਲੇ। ਠੀਕ ਆ ਜੀ, ਅਤੇ ਹੁਣ ਆਪਾਂ ਜਾ ਰਹੇ ਹਾਂ ਬਾਬਾ ਮਾਰ ਗੱਡਾ ਮੱਥਾ ਟੇਕਣ, ਫਿਰ ਮੱਥਾ ਟੇਕ ਕੇ ਫਿਰ ਆਪਾਂ ਜਾਵਾਂਗੇ ਘਰ। ਬਾਕੀ ਅੱਜ ਤਾਂ ਮੇਰੇ ਹਿਸਾਬ ਨਾਲ ਭੀੜ ਘੱਟ ਹੋਏਗੀ ਸ਼ਨੀਵਾਰ ਨੂੰ, ਪਰ ਐਤਵਾਰ ਵਾਲੇ ਦਿਨ ਬਹੁਤ ਜ਼ਿਆਦਾ ਭੀੜ ਹੁੰਦੀ ਆ। ਐਤਵਾਰ ਵਾਲੇ ਦਿਨ ਕੀ ਹੈ, ਬਾਬਾ ਮਾਰਕੰਡੇ ਦਾ ਦਿਨ ਹੁੰਦਾ ਆ, ਉਸ ਦਿਨ ਬਹੁਤ ਦੂਰ ਦੂਰ ਤੋਂ ਆਉਂਦੇ ਨੇ ਸ਼ਰਧਾਲੂ ਮਿੱਠੇ ਚੌਲ ਲੈ ਕੇ ਚਾੜ੍ਹਨ ਵਾਸਤੇ। ਹੁਣ ਮਿਲਦੇ ਆਪਾਂ ਉੱਥੇ ਜਾ ਕੇ, ਕਿਉਂਕਿ ਦੂਰ ਬਾਬਾ ਚਲਾ ਹੀ ਗਏ ਆ ਲਾਗੇ ਵੈਸੇ ਤੇ। ਇਹ ਪਹੁੰਚ ਗਏ ਮੇਰੇ ਵੀਰੋ ਆਪਾਂ ਬਾਬਾ ਮਾਰਕੰਡਾ ਸਾਹਿਬ। ਇੱਥੇ ਮੇਲਾ ਵੀ ਲੱਗਦਾ ਬਾਬਾ ਮਾਰਕੰਡਾ ਤੇ। ਇਹ ਹੈਗਾ ਮੇਰੇ ਵੀਰੋ ਬਾਬਾ ਮਾਰਕੰਡਾ ਸਾਹਿਬ। ਠੀਕ ਆ ਜੀ, ਤੁਹਾਨੂੰ ਦਿਖਾਉਂਦੇ ਬਾਅਦ ਚ ਬਾਰਾ ਪੂਰਾ ਸਾਰਾ ਬਾਬਾ ਮਾਰਕੰਡਾ। ਮਾਤਾ ਉਤਰ ਗਈ ਸਾਡੀ, ਉੱਧਰ ਬਾਬਾ ਦੁਕਾਨ ਜੀ ਲਾ ਕੇ ਬੈਠਾ ਆ। ਇਹ ਹੈਗਾ ਬਾਬਾ ਮਾਰਕੰਡਾ ਅੰਦਰੋਂ। ਠੀਕ ਆ ਜੀ, ਇਸ ਟਾਈਮ 'ਤੇ ਬਹੁਤ ਘੱਟ ਭੀੜ ਹੁੰਦੀ ਹੈ, ਕਿਉਂਕਿ ਐਤਵਾਰ ਵਾਲੇ ਦਿਨ ਕੀ ਹੈ ਦੁਨੀਆ ਬਹੁਤ ਆਉਂਦੀ ਹੈ ਇੱਥੇ। ਮੱਥਾ ਟੇਕ ਲਿਆ ਆਪਾਂ, ਹੁਣ ਆਪਾਂ ਅੰਦਰ ਚੱਲਦੇ ਹਾਂ। ਅੰਦਰ ਵੀ ਜਗ੍ਹਾ ਹੈਗੀ ਹੈ, ਇਹ ਜਿਹੜਾ ਬਾਬਾ ਮਾਰਕੰਡਾ ਆ ਬਹੁਤ ਜ਼ਿਆਦਾ ਮਾਨਤਾ ਵਾਲਾ ਵਾ ਅਤੇ ਦੁਨੀਆ ਬਹੁਤ ਦੂਰ ਦੂਰ ਤੋਂ ਆਉਂਦੀ ਹੈ। ਇਹ ਜਿਹੜੀ ਮਾਰਕੰਡਾ ਨਦੀ ਹੈ, ਇਸ ਟਾਈਮ 'ਤੇ ਫਸਲਾਂ ਲਾਈਆਂ ਹੋਈਆਂ ਇਹਨਾਂ ਨੇ। ਬਾਅਦ ਵਿੱਚ ਕੀ ਹੈ, ਜਦੋਂ ਬਾਰਿਸ਼ ਬੁਰਸ਼ ਦਾ ਮੌਸਮ ਹੁੰਦਾ ਆ ਉਸ ਟਾਈਮ ਇੱਥੇ ਸਾਰੀ ਥਾਂ 'ਤੇ ਪਾਣੀ ਹੁੰਦਾ ਆ। ਇਹ ਬਾਬਾ ਮਾਰਕੰਡੇ ਦੀ ਜਗ੍ਹਾ ਆ ਜਿਹੜੀ ਠੇਕੇ 'ਤੇ ਚਾੜ੍ਹੀ ਹੋਈ ਆ ਲੋਕਾਂ ਨੂੰ। ਠੀਕ ਆ ਜੀ, ਅਤੇ ਬਾਅਦ ਵਿੱਚ ਕੀ ਹੈ, ਇੱਥੇ ਪੂਰੇ ਦੇ ਪੂਰੇ 'ਤੇ ਪਾਣੀ ਚੜ੍ਹ ਜਾਂਦਾ ਆ ਬਾਰਿਸ਼ਾਂ ਦੇ ਟਾਈਮ ਦੇ ਉੱਤੇ। ਠੀਕ ਆ ਜੀ, ਇੱਦਾਂ ਦਾ ਮੰਦਰ ਹੈ ਮੇਰੇ ਵੀਰੋ। ਸ਼ਰਧਾਲੂ ਆਈ ਜਾਂਦੇ ਨਾ ਹੌਲੀ ਹੌਲੀ। ਇੱਧਰ ਜੱਗ ਵਾਲੀ ਜਗ੍ਹਾ ਹੈ ਜਿੱਥੇ ਜੱਗ ਜੁੱਗ ਹੁੰਦਾ ਆ। ਇੱਥੇ ਜਿਹੜੇ ਇੱਥੇ ਦੇ ਪੰਡਿਤ ਹੁੰਦੇ ਆ ਉਹ ਯੱਗ ਕਰਦੇ ਇੱਥੇ ਆ ਕੇ। ਪ੍ਰਸ਼ਾਦ ਲੈ ਲੈਣੇ ਆਪਾਂ ਥੋੜ੍ਹਾ ਜਿਹਾ, ਮਾਤਾ ਨੂੰ ਦੇ ਦਾਂਗੇ। ਅਤੇ ਇੱਧਰ ਵਾਲੀ ਸਾਈਡ ਮਾਤਾ ਦੀ ਫੋਟੋ ਹੈ, ਆਪਣਾ ਪ੍ਰਤਿਮਾ ਬਣਾਈ ਹੋਈ ਹੈ।
ਤੇ ਜਦੋਂ ਬਾਬਾ ਮਾਰਕੰਡੇ ਦਾ ਜਦੋਂ ਮੇਲਾ ਲੱਗਦਾ ਨਾ ਤੇ ਪੂਰੀ ਜਗ੍ਹਾ ਪਿੱਛੇ ਵਾਲੀ ਸਰ ਖੇਤਾਂ ਦੇ ਵਿੱਚ ਪੂਰੇ ਇੱਥੇ ਝੁੱਲੇ ਝਾਲੇ ਮੇਲੇ ਲੱਗਦੇ ਨੇ। ਇੱਧਰ ਪਿੱਛੇ ਰਿਹਾਇਸ਼ ਬਣਾਈ ਹੈ, ਪਹਿਲਾਂ ਕੁਛ ਨਹੀਂ ਹੁੰਦਾ ਸੀਗਾ, ਹੁਣ ਤਾਂ ਇਹਨਾਂ ਨੇ ਆਪਣੀ ਰਿਹਾਇਸ਼ ਬਣਾ ਦਿੱਤੀ ਹੈ। ਬਾਥਰੂਮ ਇੱਧਰ ਬਣ ਗਏ, ਬਹੁਤ ਵਧੀਆ ਬਣ ਗਿਆ ਹੁਣ ਤਾਂ, ਠੀਕ ਹੈ ਜੀ। ਇੱਧਰ ਵਾਲੀ ਸਾਈਡ ਤੋਂ ਰਸਤਾ ਹੈਗਾ, ਦੋਨੋਂ ਸਾਈਡ ਤੋਂ ਰਸਤਾ ਹੈਗਾ ਆ। ਉਹ ਆਪਣੀ ਗੱਡੀ ਖੜ੍ਹੀ ਅਤੇ ਇੱਧਰ ਵਾਲੀ ਸੜੇ ਆ, ਅਤੇ ਮਾਤਾ ਗੇਟ ਦੇ ਕੋਲ ਹੀ ਹੈ, ਉਹ ਖੜ੍ਹੀ, ਉਹ ਬੈਠੀ। ਮੰਮੀ ਨੂੰ ਕੀ ਆ ਆਪਰੇਸ਼ਨ ਕਰਕੇ ਕੀ ਆ, ਉਹ ਜਾ ਨਹੀਂ ਸਕਦੀ, ਅਤੇ ਉਹ ਬਹਿ ਗਈ ਮਾਤਾ ਉੱਥੇ। ਇਹ ਪੁੱਲ ਹੈ ਪੁਰਾਣਾ, ਉੱਪਰਲੀ ਸਾਈਡ ਬਾਏ ਹਾਈਵੇ ਰੋਡ ਹੈ, ਇਹ ਛੋਟਾ ਪੁੱਲ ਹੈ, ਠੀਕ ਆ ਜੀ। ਹੁਣ ਚੱਲਦੇ ਹਾਂ ਆਪਣੀ ਮਾਤਾ ਨੂੰ ਲੈ ਕੇ। ਚਲ ਮੰਮੀ ਦੀ ਥੋੜ੍ਹੇ ਹਾਲੀ ਹਾਲਾਤ ਸਹੀ ਨਹੀਂ ਹੈ, ਕਿਉਂਕਿ 40-45 ਟਾਂਕੇ ਲੱਗੇ ਆ ਉਹਦੇ। ਮੈਂ ਗੱਡੀ ਖੋਲ੍ਹਣਾ ਉੱਧਰ ਮੰਮੀ, ਟਾਂਕੇ ਅੱਜ ਖੁੱਲ੍ਹ ਗਏ ਆ ਵੈਸੇ, ਮੈਂ 3-4 ਟਾਂਕੇ ਰਹਿੰਦੇ ਹਾਲੀ, ਉਸ ਤੋਂ ਬਾਅਦ ਫਿਰ ਟੈਨਸ਼ਨ ਖਤਮ ਹੋਏਗੀ। ਇਹ ਹੈਗਾ ਪੁੱਲ ਮੇਰੇ ਵੀਰੋ, ਮਾਰਕੰਡੇ ਦੇ ਦਰਸ਼ਨ ਕਰ ਲਓ। ਇਹ ਹੈ ਨਦੀ ਮਾਰਕੰਡੇ ਦੀ, ਠੀਕ ਹੈ, ਸੁੱਕੀ ਪਈ ਹੈ, ਬਾਰਿਸ਼ਾਂ ਦੇ ਟਾਈਮ 'ਤੇ ਪੂਰੀ ਭਰ ਜਾਂਦੀ ਹੈ। ਇਹ ਜਿਹੜੀ ਜ਼ਮੀਨ ਦੇਖ ਰਹੀ ਹੈ ਨਾ, ਇਹ ਪੂਰੀ ਦੀ ਪੂਰੀ ਮਤਲਬ ਕਿ ਬਾਰਿਸ਼ ਨਾਲ ਕੀ ਹੈ, ਜਦੋਂ ਆਉਂਦਾ ਉੱਥੇ ਪੂਰਾ ਪੂਰਾ ਪਾਣੀ ਪਾਣੀ ਹੋ ਜਾਂਦਾ ਹੈ। ਇਹ ਤਾਂ ਬਸ ਹੁਣ ਹੈ, ਜੋ ਜੋ ਤੱਕ ਮਤਲਬ ਬਾਰਿਸ਼ ਨਹੀਂ ਹੁੰਦੀ, ਜਦੋਂ ਬਾਰਿਸ਼ ਹੋ ਗਈ ਤਾਂ ਪੂਰੀ ਦਾ ਪੂਰਾ ਭਰ ਜਾਣਾ ਇਹਨੇ, ਠੀਕ ਹੈ। ਥੋੜ੍ਹਾ ਜਿਹਾ ਪਾਣੀ ਹੈਗਾ ਮਾਰਕੰਡੇ ਦੇ ਵਿੱਚ ਇਸ ਟਾਈਮ ਦੇ ਵਿੱਚ, ਅਤੇ ਬਾਕੀ ਤਾਂ ਸਾਰੇ ਜਦੋਂ ਬਾਰਿਸ਼ ਆਉਂਦੀ ਆ ਫਿਰ ਤਾਂ ਭਰ ਜਾਂਦਾ ਪੂਰਾ। ਇਹ ਪੁਰਾਣਾ ਰੋਡ ਸੀਗਾ ਉਸ ਟਾਈਮ ਦੇ ਉੱਤੇ, ਠੀਕ ਹੈ ਜੀ। ਇੰਨੇ ਜੇ ਰੋਡ ਦੇ ਉੱਤੋਂ ਦੇਖ ਲਓ, ਹਿਸਾਬ ਲਾ ਲਓ ਕਿ ਕਿੰਨਾ ਕਿੰਨਾ ਰਸ ਹੁੰਦਾ ਸੀਗਾ, ਕਿੰਨੇ ਐਕਸੀਡੈਂਟ ਹੁੰਦੇ ਹੋਣੇ ਇਹਨਾਂ। ਅਤੇ ਜਿਹੜਾ ਉੱਪਰਲੀ ਸਾਈਡ ਹੈ ਹੁਣ ਉਹਦੇ 'ਤੇ ਵੀ ਹਾਲੀ ਟ੍ਰੈਫਿਕ ਇੰਨੀ ਜਾਮ ਰਹਿੰਦੀ ਹੈ, ਫੁੱਲ ਟ੍ਰੈਫਿਕ ਰਹਿੰਦੀ ਹੈ। ਅਤੇ ਇਹ ਸਭ ਤੋਂ ਪੁਰਾਣਾ ਰੋਡ ਹੈ ਜਿਹੜਾ ਅੰਬਾਲੇ ਦਾ ਰੋਡ ਹੈ, ਠੀਕ ਹੈ। ਇਹ ਤਾਂ ਹੁਣ ਬੰਦ ਰਹਿੰਦਾ ਕਿਉਂਕਿ ਹੁਣ ਜਿਹੜਾ ਸਾਰਾ ਆ ਜਿੰਨਾ ਵੀ ਟ੍ਰੈਫਿਕ ਆ ਉੱਧਰ ਵਾਲੀ ਸਾਈਡ 'ਤੇ ਜਾਂਦਾ ਆ। ਬਾਕੀ ਆਪਣੇ ਸਾਰੇ ਕੰਮ ਹੋ ਗਏ ਅਤੇ ਹੁਣ ਆਪਾਂ ਚੱਲਦੇ ਹਾਂ ਘਰ, ਅਤੇ ਘਰ ਜਾ ਕੇ ਮਿਲਦੇ ਹਾਂ ਫਿਰ ਤੁਹਾਨੂੰ। ਲਓ ਜੀ ਬਾਈ, ਆਪਾਂ ਹੁਣ ਆਪਣੇ ਪਿੰਡ ਪਹੁੰਚ ਗਏ ਹਾਂ, ਇਹ ਸਾਡਾ ਪਿੰਡ ਆ। ਅਤੇ ਬਾਕੀ ਆਪਾਂ ਤੁਹਾਨੂੰ ਘਰ ਜਾ ਕੇ ਮਿਲਾਂਗੇ। ਠੀਕ ਹੈ ਜੀ, ਇਹ ਪਿੰਡ ਦਾ ਮੋੜ ਆਪਣੇ। ਇਹ ਸਾਡੇ ਪਿੰਡ ਦਾ ਐਂਟਰੀ, ਜਿੱਥੋਂ ਆਪਾਂ ਐਂਟਰ ਹੁੰਦੇ ਹਾਂ ਪਿੰਡ ਦੇ ਅੰਦਰ, ਠੀਕ ਹੈ ਜੀ। ਪਹਿਲਾਂ ਆਉਂਦਾ ਮੰਦਰ, ਫਿਰ ਉਸ ਤੋਂ ਬਾਅਦ ਆਉਂਦਾ ਗੁਰਦੁਆਰਾ ਸਾਹਿਬ। ਇਹ ਆ ਗਿਆ ਗੁਰਦੁਆਰਾ ਸਾਹਿਬ, ਅਤੇ ਹੁਣ ਆਪਾਂ ਜਾ ਕੇ ਮਿਲਦੇ ਹਾਂ ਘਰ ਆਪਣੇ। ਗੇਟ ਖੁੱਲ ਗਿਆ ਆ। ਲਓ ਜੀ ਵੀਰੋ, ਆਪਾਂ ਹੁਣ ਘਰ ਪਹੁੰਚ ਗਏ ਹਾਂ, ਅਤੇ ਆਪਣਾ ਸਮਾਨ ਇਹ ਪਿਆ, ਮੰਮੀ ਦੀਆਂ ਰਿਪੋਰਟਾਂ ਇਹ ਪਈਆਂ। ਅਤੇ ਯਾਰ ਆਪਰੇਸ਼ਨ ਨਾ ਥੋੜ੍ਹਾ ਵਾਹਵਾ ਵੱਡਾ ਹੋਇਆ ਆ, ਕਮ ਸੇ ਕਮ 52 ਟਾਂਕੇ ਲੱਗੇ ਆ ਪੇਟ ਦੇ, ਮਤਲਬ ਗੱਲਬਾਤ ਕਰ ਲੈਂਦੇ ਆ, ਅਤੇ ਥੋੜ੍ਹਾ ਜਿਹਾ ਕਿ ਤੁਰਨੇ ਫਿਰਨੇ ਜ਼ਿਆਦਾ ਪ੍ਰੋਬਲਮ ਹੈ, ਇਸ ਕਰਕੇ ਆਪਣਾ ਸਫ਼ਰ ਥੋੜ੍ਹਾ ਜਿਹਾ ਮੁਸ਼ਕਲ ਹੈ ਥੋੜ੍ਹੇ ਟਾਈਮ ਤੱਕ। ਕੀ ਆ, ਆਪਾਂ ਇੱਥੇ ਨੋਰਮਲ ਹੀ ਆਪਣੇ ਲਾਗੇ ਤਾਗੇ ਦੇਖਾਂਗੇ, ਕੋਈ ਨਾ ਕੋਈ ਜਗ੍ਹਾ ਆਪਣੀ ਪਲੇਸਾਂ ਲੱਭਾਂਗੇ, ਹਾਈਡ ਪਲੇਸ ਵੀ ਲੱਭਾਂਗੇ, ਨਾਲ ਜਿਹੜੇ ਪੋਪੂਲਰ ਪਲੇਸ ਨਾਲ ਵੀ ਜਾਵਾਂਗੇ ਆਪਾਂ। ਬਾਕੀ ਯਾਰ ਆਪਣੇ ਚੈਨਲ ਨੂੰ
प्यार दया करो, वधिया लाइक एंड कमेंट एंड शेयर करया करो भाई दे, अपने छोटे भाई दे या बड़े भाई जो मर्जी समझो, जिहड़े छोटे मेरे वीर देखदे ने उन्हां नूं भी रिक्वेस्ट है, ते बड़े भाई देखदे ने उन्हां नूं रिक्वेस्ट है, बाकी सारे वीर भैन भरा नूं मेरे वल्लों सारे नूं सति श्री अकाल है जी। ते बाकी सपोर्ट की बहुत जरूरत है सानूं, ठीक है जी, ते चैनल लाइक कमेंट शेयर पक्का करियो, ते जे अज दा व्लॉग तुहानूं वधिया लग्या तो लाइक एंड कमेंट कर दियो, ठीक है, बार बार यही कहना पिया, ते हुणली सारे नूं सति श्री अकाल, ते उम्मीद है अगले व्लॉग नूं तुसीं इदां ही प्यार करोगे, ते मेरे जिहड़े पुराने व्लॉग ने तुसीं चैक कर सकदे हो, जिहड़े नवें बंदे आए आ मेरे नाल जुड़े आ, ਉਹ ਜਿਹੜਾ ਅੰਡੇਮਾਨ ਨਿਕੋਬਾਰ ਦਾ ਚੇਨਈ ਦਾ ਦਿੱਲੀ ਦਾ ਸੀਰੀਜ਼ਾਂ ਪਾਈਆਂ ਹੋਈਆਂ ਨੇ ਉਹ 'ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਆਪਣੇ ਬਾਈ ਦੇ ਵਲੋਗ, ਠੀਕ ਹੈ ਜੀ। ਹੁਣ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਅਗਲੇ ਵਲੋਗ 'ਚ, ਸਤਿ ਸ਼੍ਰੀ ਅਕਾਲ ਮੇਰੇ ਵੀਰੋ।